ਇੱਥੇ ਹੀ ਹੈ ਭੈਣ ਤੇਰੀ ਆਹੀ ਕਿਹੜਾ ਵੱਢ ਕੇ ਚਾਰ ਪਾਤਾ ਹੈ ਮਾਸੀ ਜੀ ਮੈਂ ਭੈਣ ਨੂੰ ਫਿਰ ਮਿਲਾਵਾਂ ਆਹੋ ਆਹੋ ਜਾ ਤੂੰ ਜਾ ਸੱਟ ਤਾਂ ਲੱਗੀ ਕਿਤੇ ਨਹੀਂ ਨਹੀਂ ਵੀਰੇ ਸੱਟ ਤੇ ਨਹੀਂ ਲੱਗੀ ਉਦਾਂ ਹੀ ਸਿਰ ਦੁਖਦਾ ਸੀ ਤਾਂ ਬੰਨਿਆ ਆ ਤੂੰ ਵਿਹਲੀ ਇੱਥੇ ਬੈਠੀ ਆ ਮੈਂ ਨਾ ਬੋਤਲ ਨਹੀਂ ਲੱਭ ਸਕਦੀ ਕਿੱਥੇ ਰੱਖੀ ਮੇਰੀ ਬੋਤਲ ਮੈਂ ਤੂੰ ਕੀ ਉਥਲ ਪੁਥਲ ਮਚਾਈ ਕਮਰੇ 'ਚ ਨਹੀਂ ਤੂੰ ਸਾਰਾ ਦਿਨ ਹੁਣ ਇੱਥੇ ਬੈਠੀ ਰਹਿਣਾ ਵਾ ਤੈਨੂੰ ਨਹੀਂ ਪਤਾ ਢੇਰ ਕੱਪੜਿਆਂ ਦਾ ਪਿਆ ਧੋਣ ਵਾਲਾ ਉੱਠ ਕੇ ਕੰਮ ਕਰ ਕਰ ਅੱਜ ਤੇ ਨਹੀਂ ਕੋਈ ਗੱਲ ਕੀਤੀ ਉਹਨਾਂ ਨੇ ਹੁਣ ਕੀ ਲੈਣਾ ਗੱਲ ਕਰਕੇ ਹੁਣ ਤਾਂ ਮੂੰਹ ਬੰਦ ਹੋ ਗਿਆ ਪੈਸਿਆਂ ਨਾਲ ਪੁੱਤ ਰੋਟੀ ਖਾ ਕੇ ਜਾ ਬਾਹਰ ਪਤਾ ਨਹੀਂ ਟਾਈਮ ਲੱਗਣਾ ਕਿ ਨਹੀਂ ਲੱਗਣਾ ਅੱਛਾ ਇੱਕ ਗੱਲ ਦੱਸ ਜਿੱਥੇ ਤੂੰ ਕੰਮ ਕਰਦਾ ਬੰਦੇ ਵਧੀਆ ਨੇ ਮੰਮੀ ਬੰਦੇ ਵਧੀਆ ਵਾ ਨਹੀਂ ਤਾਂ ਕੌਣ ਲੱਖ ਰੁਪਇਆ ਦਿੰਦਾ ਹੈ ਪਹਿਲਾਂ ਚੱਲ ਕੋਈ ਨਾ ਲੱਖ ਰੁਪਇਆ ਦੇਣ ਨਾਲ ਉਹਨਾਂ ਦਾ ਮੂੰਹ ਤਾਂ ਬੰਦ ਹੋਇਆ ਗੱਲ ਕਰਨੀ ਹੈ ਹਾਂਜੀ ਮੈਂ ਤਰਨ ਦਾ ਭਰਾ ਬੋਲਦਾ ਜੀ ਕਦੋਂ ਕਹਾਉਣਗੇ ਜੀ ਮੰਮੀ ਤੁਸੀਂ ਫਿਕਰ ਨਾ ਕਰੋ ਬਾਜ਼ਾਰ ਗਏ ਆ ਤਾਂ ਠੀਕ ਹੀ ਹੋਣੇ ਆ ਸਹੀ ਗੱਲ ਆ ਪੁੱਤ ਰੱਬ ਕਰੇ ਠੀਕ ਹੀ ਹੋਵੇ ਸਭ ਮੰਮੀ ਮੈਨੂੰ ਤਾਂ ਲੱਗਦਾ ਵੀ ਸੁਧਰ ਗਿਆ ਹੁਣ ਉੱਤਰ ਵੇਖ ਮੰਮੀ ਜੀ ਰਸੋਈ ਖੋਲ੍ਹ ਦਿਓ ਹੁਣ ਤਾਂ ਮੈਂ ਰੋਟੀ ਖਾਣੀ ਸੀ ਵੇਖ ਆ ਕਿੱਡਾ ਇਹਨੂੰ ਵਿਹਲੀ ਨੂੰ ਭੋਖੜਾ ਪੈਂਦਾ ਵਾ ਨਾ ਕੋਈ ਕੰਮ ਨਾ ਕੋਈ ਕਾਰ ਬਣਾ ਕੇ ਦੇਵਾਂ ਤੈਨੂੰ ਚਾਟ ਮਸਾਲਾ ਚੱਲ ਤੁਰਦੀ ਬਣ ਮੰਮੀ ਇੱਕ ਹੀ ਰੋਟੀ ਦੇ ਦਿਓ ਭੁੱਖ ਬੜੀ ਲੱਗੀ ਆ ਸਵੇਰ ਦਾ ਨਹੀਂ ਕੁਛ ਖਾਧਾ ਮੈਂ ਕਿਉਂ ਤੂੰ ਵਾਢੀ ਕਰਕੇ ਆਈ ਆ ਵਿਹਲੀ ਦਾ ਸਾਰਾ ਦਿਨ ਖਾਣ 'ਚ ਧਿਆਨ ਰਹਿੰਦਾ ਵਾ ਕੋਈ ਨਹੀਂ ਮੰਮੀ ਕੋਈ ਇੱਕ ਅੱਧੀ ਪਈ ਹੋਣੀ ਆ ਬਈ ਬੂਈ ਦੇ ਦਿੰਦੇ ਉਹੀ ਇਹਨੂੰ ਚੰਗਾ ਚਲੋ ਕੋਈ ਨਹੀਂ ਮੈਂ ਲਿਆ ਜਾਂਦੀ ਹਾਂ ਇਹਨੂੰ ਇੱਕ ਹੁੰਦੀ ਹੈ ਬਈ ਰੋਟੀ ਰੋਟੀ ਖਾਣੀ ਆ ਖਾਂਦੀ ਆ ਆ ਬਣਾ ਇਹਦੀ ਵੀਡੀਓ ਪਾਵਾਂਗੇ ਦਸਾਂ ਕੁ ਦਿਨਾਂ ਨੂੰ ਇਹਦੇ ਪੇਕਿਆਂ ਨੂੰ ਨਾਲੇ ਰੱਜ ਲੇਂਗੀ ਨਾ ਤੇ ਉੱਠ ਕੇ ਪੋਚੇ ਪਾਛੇ ਲਾਵੀ ਬਿਨਾਂ ਕਹਿਆਂ ਤੈਨੂੰ ਘਰ ਦਾ ਕੰਮ ਹੀ ਨਹੀਂ ਕੋਈ ਦੇਖਦਾ ਤੈਨੂੰ ਘਰ ਦੇ ਕੰਮਾਂ ਦਾ ਕਿੱਦਣ ਪਤਾ ਲੱਗਣਾ ਵਾ ਕਹੀਏ ਤੇ ਕਰਦੀ ਉੱਦਾਂ ਕੁਛ ਕਰਦੀ ਨਹੀਂ ਕਿਤੇ ਚੱਲ ਨਹੀਂ ਚੱਲੀਏ ਰੱਜ ਲੈਣ ਦੇ ਇਹਨੂੰ ਜ਼ਰਾ ਕੰਮ ਚੋਰ ਜੀ Thank you.
ਮੰਮੀ ਚਿੰਤਾ ਨਾ ਕਰੋ ਮੈਂ ਤੈਨੂੰ ਠੋਨਾ ਹੁਣੇ ਮੈਂ ਤੂੰ ਆਪ ਉੱਠ ਜਾ ਥੋੜੀ ਡਫਲਿਆ ਕਰ ਜਾ ਕੇ ਆਪਣੀ ਭੈਣ ਨੂੰ ਬੁਲਾ ਮੈਨੂੰ ਠਾਵੇ ਆਣ ਕੇ ਮੈਂ ਜਾ ਛੇਤੀ ਕਰ ਉੱਠ ਕੇ ਬੁਲਾ ਉਹਨੂੰ ਨਹੀਂ ਸਿਮਰਨ ਨਹੀਂ ਮੈਨੂੰ ਠਾ ਆਣ ਕੇ ਹਾਏ ਮੰਮੀ ਤੁਸੀਂ ਕਿੱਦਾਂ ਡਿੱਗ ਗਏ ਕੀ ਗੱਲ ਹੋਈ ਹੈ ਹਾਏ ਨਹੀਂ ਠਾ ਮੈਨੂੰ ਹਾਏ ਹਾਏ ਨਹੀਂ ਤੇਰਾ ਹੀ ਬੜਾ ਗਰਕ ਹੋਇਆ ਆ ਕੀ ਕੀਤਾ ਹੀ ਇੰਨਾ ਗਿੱਲਾ ਪੋਚਾ ਲਾਇਆ ਹੀ ਹੈ ਮੰਮੀ ਮੈਂ ਤੇ ਪੂਰਾ ਪੋਚਾ ਸੁਕਾ ਕੇ ਗਈ ਆ ਤੂੰ ਜਾਣ ਕੇ ਕੀਤਾ ਵਾ ਤੂੰ ਕਹਿੰਦੀ ਹੈ ਮੇਰੀ ਲੱਤ ਟੁੱਟੇ ਡਿੱਗ ਕੇ ਨਹੀਂ ਮੰਮੀ ਮੈਨੂੰ ਤਾਂ ਪਤਾ ਵੀ ਨਹੀਂ ਕਿ ਤੁਸੀਂ ਕਿੱਦਾਂ ਡਿੱਗ ਗਏ ਚੱਲ ਸਾਰਾ ਤੈਨੂੰ ਮੈਂ ਅੱਜ ਰੋਟੀ ਦੇਤੀ ਨਾ ਹੁਣ ਤੇ ਮੈਂ ਤੈਨੂੰ ਪਾਣੀ ਦਾ ਘੁੱਟ ਤੱਕ ਨਹੀਂ ਦੇਣਾ ਹਾਏ ਹਾਏ ਮੇਰੀ ਲੱਤ ਬੜੀ ਪੀੜ ਹੋਣ ਦੀ ਆ ਸੁੱਜ ਗਈ ਆ ਹਾਏ ਮੈਂ ਸੁੱਕੀ ਡਾਕਟਰ ਨੂੰ ਬੁਲਾ ਹਾਏ ਮੰਮੀ ਲਿਆਓ ਤੁਹਾਡੇ ਗਰਮ ਤੇਲ ਲਾ ਦਾਂ ਲਿਆਓ ਮੰਮੀ ਕਰੋ ਲੱਤ ਫੇ ਕੁੱਟਣੀ ਜੀ ਪਹਿਲਾਂ ਮੈਨੂੰ ਸੱਟ ਲਾ ਕੇ ਤੇ ਹੁਣ ਮੈਨੂੰ ਮਾਲਸ਼ਾਂ ਕਰਦੀ ਫਿਰਦੀ ਆ ਮੰਮੀ ਜੀ ਮੇਰਾ ਕੋਈ ਕਸੂਰ ਨਹੀਂ ਆ ਮੈਂ ਤੇ ਚੰਗੀ ਤਰ੍ਹਾਂ ਹੀ ਪੋਚਾ ਲਾ ਰਹੀ ਸੀ ਉਹ ਤੇ ਦੀਦੀ ਨੇ ਜਾਂਦੇ ਜਾਂਦੇ ਜਾਨ ਮੁੱਝ ਕੇ ਪਾਣੀ ਰੋੜਿਆ ਵਾ ਤੇ ਪਰ ਮੰਮੀ ਉੱਦਾਂ ਤਾਂ ਮੈਂ ਉਹ ਵੀ ਸੁਕਾ ਕੇ ਹੀ ਆਈ ਸੀ ਵੇਖ ਕਿੱਦਾਂ ਟਸ਼ਨ ਕਰਦੀ ਆ ਹੈ ਕੀਤਾ ਕਿਰਾਇਆ ਤੇਰਾ ਸਾਰਾ ਆਪ ਤੇ ਪਾਈ ਤੂੰ ਮੇਰੀ ਧੀ ਤੇ ਜਾਂਦੀ ਆ ਹੈ ਤੇਰੇ ਕੋਲ ਤੇ ਜਰੀ ਨਹੀਂ ਜਾਂਦੀ ਉਹ ਇੱਥੇ ਰਹਿੰਦੀ ਨੀ ਤੂੰ ਮੇਰੇ ਸਾਹਮਣੇ ਨਾ ਆਈ ਦਫਾ ਹੋ ਜਾ ਉੱਠ ਮੇਰੀ ਅੱਖਾਂ ਤੋਂ ਦੂਰ ਹੋ ਜਾ ਮੰਮੀ ਕੀ ਗੱਲ ਹੋ ਗਈ ਹੈ ਸੁੱਖੀ ਕਹਿਣ ਡੇ ਮੰਮੀ ਡਿੱਗ ਗਏ ਆ ਆਹੋ ਮੈਂ ਤੇ ਮੁੰਡੇ ਨੂੰ ਲੈ ਕੇ ਕੋਠੇ ਤੇ ਚੜੀ ਸੀ ਉੱਥੇ ਗਿੱਲੇ ਪੋਚੇ ਤੋਂ ਤਿਲਕ ਕੇ ਡਿੱਗ ਗਈ ਹੂੰ ਨਹੀਂ ਤੈਨੂੰ ਮੈਂ ਸਮਝਾ ਕੇ ਗਈ ਹਾਂ ਕਿ ਪੋਚਾ ਚੱਜ ਨਾਲ ਲਾਉਣਾ ਵਾ ਲੱਗਦਾ ਤੈਨੂੰ ਸਮਝ ਹੀ ਨਹੀਂ ਆਈ ਅਜੇ ਤੱਕ ਮੇਰੀ ਮੰਮੀ ਇਹਨੇ ਸਾਰਾ ਕੁਝ ਨਾ ਜਾਣ ਬੁੱਝ ਕੇ ਕੀਤਾ ਜੋ ਮੈਂ ਤਾਂ ਤੁਹਾਨੂੰ ਕਹਿੰਦੀ ਹਾਂ ਇਹਨੂੰ ਘਰੋਂ ਬਾਹਰ ਕੱਢ ਦਿਓ ਇੱਕ ਵਾਰੀ ਫੜ ਕੇ ਇਹਨੂੰ ਕੱਢਿਆ ਹੀ ਘਰੋਂ ਬਾਹਰ ਇਹ ਨਹੀਂ ਲੱਥਦੀ ਸਾਡੇ ਗਲੋਂ ਨਹੀਂ ਜਾ ਤੈਨੂੰ ਕਿੱਦਾਂ ਕਵਾਂ ਉੱਠ ਕੇ ਚੱਲ ਜਾ ਅੰਦਰ ਜਾ ਨਾ ਮੇਰੀ ਜਾਨ ਤੰਗ ਕਰ ਜਾ ਚੱਲ ਜਾ ਮੇਰੀ ਅੱਖਾਂ ਤੋਂ ਦੂਰ ਹੋ ਜਾ ਤੈਨੂੰ ਸਮਝ ਨਹੀਂ ਆਉਂਦੀ ਵੇਖ ਲਾ ਹੈ ਇੱਕ ਮੈਨੂੰ ਸੱਟ ਲਾ ਤੇ ਦੂਜਾ ਦੇ ਖੇਖਣ ਨਹੀਂ ਮਾਣ ਚੱਲ ਕੋਈ ਨਹੀਂ ਮੰਮੀ ਰੈਸਟ ਕਰੋ ਤੁਸੀਂ ਹੁਣ ਮੈਂ ਆਉਂਦੀ ਹਾਂ ਠੀਕ ਹੈ ਅੱਛਾ ਵੇਖਾਂ ਕਿੱਦਾਂ ਮਹਾਰਾਣੀ ਆਰਾਮ ਫਰਮਾਉਣ ਡਈ ਹੈ ਭਾਬੀ ਭਾਬੀ ਸੌਂ ਗਈ ਆ ਵੇਖਾਂ ਤੈਨੂੰ ਜਿਹੜੀ ਨੀਂਦ ਚੜ੍ਹੀ ਆ ਸੌਂ ਜਾ ਜਿੰਨੀ ਚਿਰ ਸੌਣਾ ਦੀਦੀ ਦੇ ਦਿਓ ਕੰਬਲ ਠੰਡ ਲੱਗਦੀ ਆ ਨਾ ਲੋਕੀ ਠੰਡ ਵੇਖਣ ਸ਼ਿਮਲੇ ਜਾਂਦੇ ਆ ਤੇਰੇ ਕੋਲ ਘਰੇ ਨਹੀਂ ਵੇਖੀ ਜਾਂਦੀ ਦੀਦੀ ਦੇ ਦਿਓ ਮੈਂ ਸੌਣਾ ਆ ਸੌ ਜਾ ਮੈਂ ਕਿਹੜਾ ਤੈਨੂੰ ਰੋਕ ਕੇ ਆ ਵਾ ਕੀ ਕਰ ਆਈ ਆ ਹੁਣ ਤੇਰੀ ਨਾ ਉਹਨੂੰ ਸ਼ਿਮਲੇ ਛੱਡ ਕੇ ਆਈ ਆ ਵੀ ਉਹ ਕਿਵੇਂ ਆ ਲੈ ਮੰਮੀ ਕੰਬਲ ਕੰਬਣ ਡਈ ਹੁਣ ਅੰਦਰ ਨਹੀਂ ਅੱਛਾ ਸ਼ਿਮਲਾ ਮੈਂ ਸੋਚਿਆ ਖਰੇ ਸੱਚੀ ਸ਼ਿਮਲੇ ਛੱਡ ਆਈ ਆ ਮੈਂ ਤਾਂ ਸੋਚਿਆ ਲੱਥ ਗਈ ਬਲਾ ਗਲੋਂ ਸਾਡੇ ਮੰਮੀ ਇਹ ਕਿੱਥੋਂ ਛਿੱਟ ਜੀ ਤੁਹਾਡੇ ਗਲੋਂ ਲੱਥਣੀ ਆ ਵੀ ਚੱਲ ਕੋਈ ਨਹੀਂ ਕਦੇ ਤੇ ਹੋਊਗਾ ਹੀ ਸੱਚੇ ਵੀ ਕੀ ਗੱਲ ਹੋ ਗਈ ਆ ਇੱਥੇ ਬੈਠੇ ਜੇ ਨਾ ਤੈਨੂੰ ਨਹੀਂ ਪਤਾ ਘਰ ਵਾਲੀ ਨੇ ਤੇਰੀ ਨੇ ਸੁੱਟਿਆ ਮੰਮੀ ਨੂੰ ਨਹੀਂ ਆਪੇ ਮੈਨੂੰ ਦੱਸ ਕੇ ਤੇ ਹੁਣ ਤੈਨੂੰ ਚੇਤਾ ਭੁੱਲ ਗਿਆ ਵਾ ਤੈਨੂੰ ਕਿਸੇ ਗੱਲ ਦੀ ਹੋਸ਼ ਹੋਵੇ ਤੇ ਤੈਨੂੰ ਪਤਾ ਲੱਗੇ ਕੋਈ ਗੱਲ ਨਹੀਂ ਭੈਣ ਇਹਨੂੰ ਮੈਂ ਪੁੱਛਦਾ ਅੰਦਰ ਜਾ ਕੇ ਯਾਰ ਚੱਲ ਨਹੀਂ ਉੱਠ ਪਈ ਕਿੱਦਾਂ ਤੂੰ ਇੱਥੇ ਮੇਰੀ ਮਾਂ ਦੀ ਤੂੰ ਨੀਂਦ ਹਰਾਮ ਕਰਕੇ ਤੇ ਆਪ ਤੂੰ ਘਰਾੜੇ ਮਾਰਨ ਡਈ ਆ
की गल हुई है, इदा क्यों बोल रहे हो? तू मैनू पुछण डी है की गल हुई है? नहीं तू इसे वाहे जोगी है, तू है ही छित्र खाण वाली है, तेरी औकात ही यो आ। सुखी एदी भी लत तोड़, मैनू ता ही ठंड पैनी हुण। मम्मी मैं कुछ भी जान बुझ के नहीं किया, मैं किड़ा तुहानू जान के सुटिया, मैनू की पता सीगा कि तुसी डिग जाना आ। तू बहुती सच्ची ना बन, जानती है मैं तेनू, पता नहीं किहो जे घरों आई है। सुखी इहनू कढ इस कमरे चो, इहनू ते डंगरां वाले कमरे च रखना चाहीदा वा। चल नी तेनू मैं दस दां, चल बाहर इत्थों। हाँ हुण इत्थे बुत बनी रहेंगी। मम्मी मैं कित्थे जावां, कित्थे रवां? तेनू दसदी आ मैं तेरी जगह, ओह स्टोर च चल जा, ओही है तेरी जगह, कमरिया च नहीं मैनू तू दिखनी चाहीदी। खबरदार जे किसे काम तो बिना कमरिया च जा, रसोई च वड़ी ते हिलदी नहीं आ। चल तेनू मैं छड्ड के आवां, चल आ आ तेरी थां। काम कार करके ते इत्थे ही आण के बह जाना वा, मैनू दिखनी नहीं चाहीदी सारे घर च तुरी फिरदी, नहीं तो मेरे तो बुरा कोई नहीं हो। रब्बा हुण पता नहीं मैनू कित्थे सुट्टणगे, इन्नी किस्मत खराब मेरी, हुण ते दिल करदा कि मार ही जावां। सैम दी भूआ आई आ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਸਿੰਮੀ, ਹੋਰ ਕੀ ਹਾਲ ਚਾਲ ਨੇ? ਠੀਕ ਆ, ਤੁਸੀਂ ਸੁਣਾਓ ਠੀਕ ਹੋ? ਹਾਂ ਮੈਂ ਠੀਕ ਆ, ਆਪਣਾ ਸੁਣਾਓ। ਬਸ ਵਧੀਆ ਜੀ, ਚਲੋ ਲੰਘ ਆਓ। ਚੱਲ ਆ ਬਹਿ ਸਿੰਮੀ। ਹੋਰ ਦੀਦੀ, ਅੱਜ ਕਿੱਧਰੋਂ ਚੰਨ ਚੜ ਗਿਆ, ਬੜੇ ਟਾਈਮ ਬਾਅਦ ਆਏ ਤੁਸੀਂ। ਕੀ ਦੱਸਾਂ ਸਿੰਮੀ, ਤੈਨੂੰ ਪਤਾ ਤਾਂ ਹੈ ਹੀ ਆ, ਇਕੱਲੀ ਕਾਰੀ ਹੈਗੀ ਆ। ਰਾਜੇ ਨੇ ਸਵੇਰੇ ਡਿਊਟੀ ਜਾਣਾ ਹੁੰਦਾ ਜੀ, ਪਹਿਲਾਂ ਉਹਦੀ ਰੋਟੀ ਬਣਾ ਫਿਰ ਨਾਲ ਉਹਦਾ ਟਿਫਨ ਪੈਕ ਕਰ। ਤੈਨੂੰ ਪਤਾ ਹੀ ਆ ਘਰਾਂ ਦੇ ਕੰਮ ਕਾਰ ਕਿੰਨੇ ਹੁੰਦੇ ਆ, ਬਸ ਟਾਈਮ ਹੀ ਨਹੀਂ ਉਹ ਲੱਗਦਾ, ਸਾਰੀ ਦਿਹਾੜੀ ਇੱਦਾਂ ਹੀ ਸਾਰਾ ਦਿਨ ਲੰਘ ਜਾਂਦਾ ਜੀ ਮੇਰਾ। ਸਿੰਮੀ ਨਾਲੇ ਮੈਨੂੰ ਦੱਸ, ਸੈਮ ਤਾਂ ਮੈਂ ਕਿੱਥੇ ਨਜ਼ਰ ਨਹੀਂ ਆ ਰਹੇ ਕਿਤੇ? ਆਹੋ ਦੀਦੀ, ਸੈਮ ਨੂੰ ਨਾ ਇੱਕ ਦੋ ਛੁੱਟੀਆਂ ਸੀ ਕੰਮ ਤੋਂ। ਹੈ ਛੁੱਟੀਆਂ? ਕਾਹਦੀਆਂ ਛੁੱਟੀਆਂ? ਆਹੋ ਦੀਦੀ, ਉਹ ਕੰਮ 'ਤੇ ਜਾਂਦਾ ਅੱਜ ਕੱਲ੍ਹ। ਹੈ ਕੰਮ 'ਤੇ ਜਾਂਦਾ ਵਾ ਸੈਮ? ਕਿਹੜੇ ਕੰਮ 'ਤੇ ਜਾਂਦਾ ਵਾ? ਅਤੇ ਨਾਲੇ ਪੈਲੀ ਬੰਨਾ ਕੌਣ ਸਾਂਭਦਾ ਵਾ ਹੁਣ? ਕੀ ਦੱਸਾਂ ਤੁਹਾਨੂੰ ਮੈਂ ਦੀਦੀ, ਚਲੋ ਛੱਡੋ, ਤੁਸੀਂ ਬੈਠੋ ਆਰਾਮ ਨਾਲ, ਮੈਂ ਤੁਹਾਡੇ ਵਾਸਤੇ ਚਾਹ ਲਿਆਉਂਦੀ ਹਾਂ। ਸਿੰਮੀ ਬੈਠ, ਮੈਨੂੰ ਇੱਕ ਗੱਲ ਦੱਸ, ਤੂੰ ਲੁਕਾਉਣ ਕਿੱਡੇ ਹੀ ਆ ਮੇਰੇ ਤੋਂ? ਅਤੇ ਨਾਲੇ ਤੂੰ ਉਦਾਸ ਕਿਉਂ ਵਾ, ਕੀ ਗੱਲ ਆ? ਜਦੋਂ ਦੀ ਮੈਂ ਆਈ ਮੈਂ ਤੈਨੂੰ ਇੱਦਾਂ ਦੀ ਵੇਖਣ ਡਈ ਹਾਂ, ਤਰਨ ਦੇ ਵਿਆਹ ਤੋਂ ਪਹਿਲਾਂ ਤਾਂ ਬਹੁਤ ਖੁਸ਼ ਹੈ। ਦੀਦੀ ਆ ਜਾਓ ਕੋਈ ਨਾ, ਬੈਠੋ ਉੱਪਰ ਆ ਕੇ। ਸਿੰਮੀ ਨਾਲੇ ਮੈਨੂੰ ਦੱਸ, ਤਰਨ ਤਾਂ ਠੀਕ ਆ ਆਪਣੇ ਘਰ, ਸਹੁਰੇ ਚੰਗੇ ਨੇ ਉਹਦੇ? ਬਸ ਠੀਕ ਹੀ ਆ ਦੀਦੀ, ਉਹ ਵੀ ਵਿਚਾਰੀ ਆਪਣੇ ਘਰ ਦੇ ਨਹੀਂ ਕੱਟਣ ਡਏ ਆ। ਬਸ ਦੀਦੀ ਮੈਂ ਤਾਂ ਸੋਚ ਲਿਆ ਵਾ ਕਿ ਉਹਦੀ ਕਿਸਮਤ ਹੁਣ ਉਹਦੇ ਨਾਲ ਹੀ ਆ। ਹਾਏ ਸਿੰਮੀ, ਦੱਸ ਤਾਂ ਸਹੀ ਮੈਨੂੰ ਗੱਲ ਕੀ ਹੋਈ ਆ? ਮੰਮੀ ਜੀ ਮੈਂ ਰੋਟੀ ਖਾਣ ਕਰਦੇ ਐਨਕਲਾ ਮੈਂ ਥੋੜ੍ਹੀ ਜਿਹੀ ਡਿਫੀਕਲਟੀ ਹੁੰਦੀ, ਕੋਈ ਨਹੀਂ ਹੁੰਦੀ, ਚਲੋ ਰੋਣਾ ਵੀ ਨਹੀਂ ਹੁੰਦਾ। ਦੀਦੀ ਬਹੁਤ ਪਾਣੀ ਡੋਲ
ਕਿੱਦਾਂ ਲੱਛਣ ਕਰਦੀ ਕੀ ਕਹਿੰਦੇ ਹੁੰਦੇ ਆ ਨਹੀਂ ਨਹੀਂ ਉਹ ਤੇ ਮੈਂ ਕਹਿਤਾ ਵਾ ਦੀਦੀਏ ਤੂੰ ਬੋਲ ਤਾ ਕੀ ਕਹਿੰਦੇ ਹੁੰਦੇ ਆ ਟਾਈਮ ਟਾਈਮ ਵੀ ਦਿਖਾਓ ਵੀ ਕਿੰਨੇ ਵਜੇ ਕਰਦੇ ਪਏ ਆਪਾਂ ਟਾਈਮ ਦਿਖਾਓ ਲਓ ਜੀ ਸਾਡੀਆਂ ਮਿਹਨਤਾਂ ਵੇਖੋ ਸਾਡੀਆਂ ਮਿਹਨਤਾਂ ਵੇਖੋ ਟਾਈਮ ਖੋਣ ਲੱਗਿਆ ਜੀ ਟਾਈਮ ਹੈ ਟਾਈਮ ਹੋ ਗਿਆ ਜੀ ਇਸ ਟਾਈਮ 1:25 ਠੀਕ ਆ ਜੀ ਅਤੇ ਇਹ ਹੋਏ ਜੀ ਰਾਤ ਦੇ ਯਾਨੀ ਕਿ ਏ ਐਮ ਕਿਉਂਕਿ ਸਾਡੇ ਬੱਚੇ ਸੌ ਚੁੱਕੇ ਨੇ ਅਸੀਂ ਫ੍ਰੀ ਹਾਂ ਬੱਚੇ ਸਾਰੇ ਸੌ ਚੁੱਕੇ ਨੇ ਦਿਨੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਦਿਨੇ ਸਾਨੂੰ ਪਰੇਸ਼ਾਨ ਕਰਦੇ ਆ ਇਹ ਸਾਡੇ ਮੰਮੀ ਜੀ ਲੱਤ ਟੁੱਟ ਚੁੱਕੀ ਹੈ ਨਾ ਤੈਨੂੰ ਨੀ ਪਤਾ ਤੇਰੀ ਘਰ ਵਾਲੀ ਨੇ ਸੁੱਟਿਆ ਵਾ ਤੈਨੂੰ ਝਪਕੇ ਨੀ ਮੇਰੀ ਝੁੱਟੀ ਲੱਗ ਜਾਣੀ ਤੂੰ ਕੀ ਕਰਨ ਦੀ ਜੋ ਕੀ ਕਰਨ ਦੀ ਜੋ ਨਾ ਤੈਨੂੰ ਨੀ ਪਤਾ ਅੰਦਰ ਜਿਹੜੀ ਸੁੱਤੀ ਉਹਨੇ ਲੋਕੀ ਠੰਡ ਵੇਖਣ ਵੇਖਾਂ ਹਾਂ ਕਿਵੇਂ ਇਹਨੂੰ ਨੀਂਦ ਚੜੀ ਆ ਸੌ ਜਾ ਜਿੰਨੀ ਦੇਰ ਕੀ ਹੋ ਗਿਆ ਟਾਈਮ ਜ਼ਿਆਦਾ ਗੈਪ ਪੈ ਗਿਆ ਵਿੱਚ ਟਾਈਮ ਦਾ